ਅਗਲੀ ਖਬਰ ਵੱਲ ਚਲੀਏ ਜੋ ਚైనా ਤੋਂ ਆ ਰਹੀ ਹੈ ਕਹਿੰਦੇ ਵੀ ਦੋ ਚైనా ਦੀਆਂ ਕੰਸਟਰਕਸ਼ਨ ਕੰਪਨੀਂਆਂ ਦੇ ਵਰਕਰਸ ਨੇ ਪਿਛਲੇ ਮਹੀਨੇ ਉਹ ਜੋ ਚైనా ਦਾ ਹਿਸਟੋਰੀਕਲ ਮੋਨੂਮੈਂਟ ਹੈਗਾ ਯਾ ਗ੍ਰੇਟ ਵਾਲ ਉਸ ਨੂੰ ਤੋੜ ਦਿੱਤਾ ਉਸ ਦਾ ਕੁਝ ਹਿੱਸਾ ਡਿਸਟਰੋਏ ਕਰ ਦਿੱਤਾ ਕਿਉਂਕਿ ਉਹਦੇ ਉੱਤੇ ਉਹ ਹੈਵੀ ਮਸ਼ੀਨਰੀ ਯੂਜ਼ ਕਰ ਰਹੀ ਸੀ 30 ਸਾਲਾਂ ਦਾ ਜ਼ੈਂਗ ਤੇ 55 ਸਾਲਾਂ ਦੀ ਇੱਕ ਬੀਬੀ ਵੈਂਗ ਕਹਿੰਦੇ ਉਹਨਾਂ ਨੇ ਇਰ ਰਿਵਰਸੀਬਲ ਡੈਮੇਜ ਇਸ ਵਾਲ ਨੂੰ ਕੀਤਾ ਹੈਗਾ ਅਗਸਤ 24 ਨੂੰ ਉੱਥੇ ਦੀ ਜੋ ਸਕਿਉਰਟੀ ਆ ਉਹ ਉਸਨੇ ਦੱਸਿਆ ਆ ਤੇ ਨਾਰਥਰਨ ਚਾਈਨਾ ਦੇ ਸ਼ਾਂਗੀ ਪ੍ਰੋਵਿੰਸ ਦੇ ਵਿੱਚ ਇਹ ਏਰੀਆ ਆ ਜਿੱਥੇ ਇਸ ਨੂੰ ਡੈਮੇਜ ਕੀਤਾ ਗਿਆ ਹੈਗਾ 30 ਸੈਕੰਡ ਗ੍ਰੇਡ ਵਾਲ ਅ ਇਹ ਦਸਰੀ ਸ੍ਰੋਤਿਆਂ ਨੂੰ ਕਹਿੰਦੇ ਵੀ ਬਹੁਤ ਪੁਰਾਣੀ ਆ ਡੇਟ ਬੈਕ ਜਾਂਦੀ ਆ 1368 ਤੋਂ ਲੈ ਕੇ 1644 ਤੱਕ ਅ ਇੰਨੇ 1368 ਤੋਂ ਸ਼ੁਰੂ ਹੋਈ 1644 ਤੱਕ ਬਣੀ ਸੋ ਇਹ ਗ੍ਰੇਟ ਵਾਲ ਨੂੰ ਯੂਨੇਸਕੋ ਨੇ ਵਰਲਡ ਹੈਰੀਟੇਜ ਸਾਈਟ ਕਰਕੇ ਰਿਕੋਗਨਾਈਜ਼ ਕੀਤਾ ਹੈ ਸੋ ਕੱਲਾ ਫਿਰ ਇਹਦੇ ਚ ਚਾਈਨਾ ਦਾ ਹੱਕ ਨਹੀਂ ਰਹਿ ਜਾਂਦਾ ਕਿਉਂਕਿ ਜੋ ਹਿਸਟੋਰੀਕਲ ਜਾਂ ਉਹਨੂੰ ਹੈਰੀਟੇਜ ਸਾਈਟ ਰਿਕੋਗਨਾਈਜ਼ ਕੀਤਾ ਹੋਵੇ ਤੇ ਉਹਦੀ ਬਹੁਤ ਜ਼ਿੰਮੇਵਾਰੀ ਵੱਧਦੀ ਹੈ ਵੀ ਉਸ ਨੂੰ ਜੋ ਆਰਕੀਟੈਕਚਰਲ ਉਹਦੀ ਸਿਗਨੀਫੀਕੈਂਸਾ ਉਸੇ ਤਰ੍ਹਾਂ ਰੱਖਿਆ ਜਾਵੇ ਸੋ 12000 ਮੀਲ ਲੰਮੀ ਏ ਜਿਹੜੀ ਵਾਲ ਹੈਗੀ ਆ ਅ ਕਈ ਜਗ੍ਹਾ ਥੋੜੀ ਬੱਤੀ ਖਰਾਬ ਵੀ ਹੋ ਜਾਂਦੀ ਆ ਪਰ ਉਹਨੂੰ ਫਿਕਸ ਵੀ ਕੀਤਾ ਜਾਂਦਾ ਉਸ ਹੱਬ ਨਾਲ ਪਰ ਇਸ ਵਾਰ ਕਹਿੰਦੇ ਵੀ ਲੱਗਦਾ ਵੀ ਜਾਣ ਕੇ ਉਸਨੂੰ ਤੋੜਿਆ ਗਿਆ ਹੈ ਹੂੰ ਜੀ ਬਿਲਕੁਲ ਨੁਕਸਾਨ ਜਿਹੜਾ ਹੋ ਜਾਦਾ ਉਸ ਦਾ ਹੋ ਚੁੱਕਾ ਹੈ ਅਗਲੀ ਖਬਰ ਵੱਲ ਚਲੀਏ ਜੋ ਚਾਈਨਾ ਤੋਂ ਆ ਰਹੀ ਹੈ ਕਹਿੰਦੇ ਵੀ ਦੋ ਚਾਈਨਾ ਦੀਆਂ ਕੰਸਟਰਕਸ਼ਨ ਕੰਪਨੀ ਦੀਆਂ ਵਰਕਰਸ ਨੇ ਪਿਛਲੇ ਮਹੀਨੇ ਉਹ ਜੋ ਚਾਈਨਾ ਦਾ ਹਿਸਟੋਰੀਕਲ ਮੋਨੂਮੈਂਟ ਹੈਗਾ ਯਾ ਗ੍ਰੇਟ ਵਾਲ ਉਸ ਨੂੰ ਤੋੜ ਦਿੱਤਾ ਉਸ ਦਾ ਕੋਸ਼ਿਸ਼ ਹਿਸਾ ਡਿਸਟਰੋਏ ਕਰ ਦਿੱਤਾ ਕਿਉਂਕਿ ਉਹਦੇ ਉੱਤੇ ਉਹ ਹੈਵੀ ਮਸ਼ੀਨਰੀ ਯੂਜ਼ ਕਰ ਰਹੀ ਸੀ 38 ਸਾਲਾਂ ਦਾ ਜ਼ੈਂਗ ਤੇ 55 ਸਾਲਾਂ ਦੀ ਇੱਕ ਬੀਬੀ ਵੈਂਗ ਕਹਿੰਦੇ ਉਹਨਾਂ ਨੇ ਇਰ ਰਿਵਰਸੀਬਲ ਡੈਮੇਜ ਇਸ ਆਫ ਵਾਲ ਨੂੰ ਕੀਤਾ ਹੈਗਾ ਅਗਸਤ 24 ਨੂੰ ਉਹ ਉਥੇ ਵੀ ਜੋ ਸਕਿਉਰਿਟੀ ਆ ਉਹ ਉਸਨੇ ਦੱਸਿਆ ਆ ਤੇ ਨਾਰਥਰਨ ਚਾਈਨਾ ਦੇ ਸ਼ਾਂਗੀ ਪ੍ਰੋਵਿੰਸ ਦੇ ਵਿੱਚ ਇਹ ਏਰੀਆ ਆ ਜਿੱਥੇ ਇਸ ਨੂੰ ਡੈਮੇਜ ਕੀਤਾ ਗਿਆ ਹੈਗਾ 30 ਸੈਕਿੰਡ ਗ੍ਰੇਟ ਵਾਲ ਇਹ ਦਸਤੀਰ ਸ੍ਰੋਤਿਆਂ ਨੂੰ ਕਹਿੰਦੇ ਵੀ ਬਹੁਤ ਪੁਰਾਣੀ ਆ ਡੇਟ ਬੈਕ ਜਾਂਦੀ ਆ 1368 ਤੋਂ ਲੈ ਕੇ 1644 ਤੱਕ ਇੰਨੇ 1368 ਸ਼ੁਰੂ ਹੋਈ 1644 ਤੱਕ ਬਣੀ ਸੋ ਇਹ ਗ੍ਰੇਟ ਵਾਲ ਨੂੰ ਯੂਨੇਸਕੋ ਨੇ ਵਰਲਡ ਹੈਰੀਟੇਜ ਸਾਈਟ ਕਰਕੇ ਰਿਕੋਗਨਾਈਜ਼ ਕੀਤਾ ਸੋ ਕੱਲਾ ਫਿਰ ਇਹਦੇ ਚ ਚਾਈਨਾ ਦਾ ਹੱਕ ਨਹੀਂ ਰਹਿ ਜਾਂਦਾ ਕਿਉਂਕਿ ਜੋ ਹਿਸਟੋਰੀਕਲ ਜਾਂ ਉਹਨੂੰ ਹੈਰੀਟੇਜ ਸਾਈਟ ਰਿਕੋਗਨਾਈਜ਼ ਕੀਤਾ ਹੋਵੇ ਤੇ ਉਹਦੀ ਬਹੁਤ ਜ਼ਿੰਮੇਵਾਰੀ ਬਣਦੀ ਆ ਵੀ ਉਸ ਨੂੰ ਜੋ ਆਰਕੀਟੈਕਚਰਲ ਉਹਦੀ ਸਿਗਨੀਫੀਕੈਂਸਾ ਉਸੇ ਤਰ੍ਹਾਂ ਰੱਖਿਆ ਜਾਵੇ ਸੋ 12000 ਮੀਲ ਲੰਮੀ ਏ ਜਿਹੜੀ ਵਾਲ ਹੈਗੀ ਆ ਅ ਕਈ ਜਗ੍ਹਾ ਥੋੜੀ ਬੱਤੀ ਖਰਾਬ ਵੀ ਹੋ ਜਾਂਦੀ ਆ ਪਰ ਉਹਨੂੰ ਫਿਕਸ ਵੀ ਕੀਤਾ ਜਾਂਦਾ ਉਸ ਹਿਸਾਬ ਨਾਲ ਪਰ ਇਸ ਵਾਰ ਕਹਿੰਦੇ ਵੀ ਲੱਗਦਾ ਵੀ ਜਾਣ ਕੇ ਉਸਨੂੰ ਤੋੜਿਆ ਗਿਆ ਹੈ ਹੂੰ ਜੀ ਬਿਲਕੁਲ ਨੁਕਸਾਨ ਜਿਹੜਾ ਹੋ ਜਾਦਾ ਉਸ ਦਾ ਹੋ